ਬਾਹਰਲਾ ਵਿਹੜਾ ਬਣਾਇਆ ਹੋਇਆ, ਫਿਰ ਕਿਸਮਤ ਆਪਣੀ ਮਾੜੀ। ਗੈਰਤ ਦੀ ਕਹਾਣੀ, ਆਪਣੇ ਹੱਕਾਂ ਤੇ ਖੜਨ ਦੀ ਕਹਾਣੀ ਹੀ ਅੱਜ ਕੁਦਰਤੀ ਹੋਈ, ਪਹਿਲਾਂ ਚੂਜ਼ ਕੀਤੀ ਹੋਈ ਸੀ। ਸਰਦਾਰ ਗੁਰਦਿਆਲ ਸਿੰਘ ਉਹਨਾਂ ਦੀ ਕਹਾਣੀ ਕਰੀਰ ਦੀ ਢਿੰਗਰੀ, ਢਿੰਗਰੀ ਵੀ ਕਹਿੰਦੇ ਆ, ਝਿੰਗ ਵੀ ਕਹਿੰਦੇ ਆ ਕਿਸੇ ਏਰੀਏ ਚ, ਕਰੀਰ ਦੀ ਢਿੰਗਰੀ। ਬਲੰਤੋ ਦੇ ਸਹੁਰੇ ਤੇ ਦਿਓਰ ਮਾਘੀ ਨੇ ਸ਼ਰਾਬ ਨਾਲ ਰੱਜ ਕੇ ਰਾਤ ਫੇਰ ਗਾਲਾਂ ਦਿੱਤੀਆਂ। ਉਹਦੇ ਬਰਾਬਰ ਦੀ ਧੀ ਕੋਲ ਪਈ ਸੀ, ਪਰ ਉਹਨਾਂ ਪਿਓ ਪੁੱਤਾਂ ਨੂੰ ਉਹਦੀ ਸ਼ਰਮ ਵੀ ਨਹੀਂ ਆਈ। ਨੌਵੇਂ ਨਿੱਕੇ ਮੁੰਡੇ ਸਹਿਮ ਨਾਲ ਸ਼ਹਿ ਕੇ ਤਿੱਤਰਾਂ ਖੇਸਾਂ ਚ ਮੂੰਹ ਸਿਰ ਬਲੇਟੀ ਪਏ ਸੀ, ਤੇ ਗਿਆਲਾ ਤੀਵੀਆਂ ਵਾਂਗ ਕੋਲ ਪਿਆ ਸੁਣਦਾ ਰਿਹਾ। ਬੋਲੀ ਭਾਵੇਂ ਉਹ ਵੀ ਕੁੱਝ ਨਹੀਂ ਸੀ, ਪਰ ਚਿੱਤ ਉਹਦਾ ਟਿਕਾਣੇ ਨਹੀਂ ਸੀ, ਅੰਦਰੋਂ ਸੜੀ ਪਈ ਸੀ, ਇੰਨਾ ਦੁੱਖ ਸੀ। ਗਿਆਲੇ ਨੂੰ ਉਹਨੇ ਵਚਨ ਦਿੱਤਾ, ਰਾਤ ਵੀ ਉਹਨੂੰ ਚੇਤੇ ਆ ਗਿਆ, ਚੱਲ ਹੋਊ ਕਹਿ ਕੇ ਸਾਰਤਾ। ਇਹ ਪਹਿਲੀ ਵਾਰ ਨਹੀਂ ਉਹ ਜਦੋਂ ਉਹਦੇ ਸਹੁਰੇ ਤੇ ਦਿਓਰ ਨੇ ਉਹਨੂੰ ਗਾਲਾਂ ਦਿੱਤੀਆਂ। 12-13 ਬਰੇ ਹੋ ਗਏ, ਜਦ ਹਲਕ ਛੁੱਟਦਾ ਤਾਂ ਗਾਲਾਂ ਦੇ ਲੈਂਦੇ। ਅੱਡ ਵਿੱਢ ਉਹ ਕਿਸੇ ਨੂੰ ਮੰਦਾ ਨਹੀਂ ਸੀ ਬੋਲਦੀ, ਪਰ ਉਹ ਏਡੇ ਚੰਦਰੇ ਬੰਦੇ ਸਨ, ਜਿਵੇਂ ਗਾਲਾਂ ਦਿੱਤੇ ਬਿਨਾਂ ਉਹਨਾਂ ਦੀ ਪੀਤੀ ਖਰੀ ਨਾ ਹੁੰਦੀ। ਵਾਹ ਲੱਗਦੀ ਆਪ ਉਹ ਕਿਸੇ ਪਸ਼ੂ ਨੂੰ ਵੀ ਗਾਲ ਨਾ ਕੱਢਦੀ, ਗਲ ਪੁੱਠੀ ਨਾ ਪੈ ਜੇ। ਅੱਗੇ ਉਹ ਜਰ ਲੈਂਦੀ ਸੀ, ਪਰ ਹੁਣ ਕੋਲ ਬਰਾਬਰ ਪਈ ਧੀ ਦੇ ਸਾਹਮਣੇ ਜਦ ਉਹ ਗੰਦ ਵੱਖਦੇ, ਬਲੰਤੋ ਨੂੰ ਔਖਾ ਹੁੰਦਾ। ਬਲੰਤੋ ਨੂੰ ਨੀਂਦ ਨਾ ਆਈ, ਜਿਵੇਂ ਅੰਦਰ ਕਿਸੇ ਨੇ ਕਿੱਕਰ ਦੀਆਂ ਸੂਲਾਂ ਦਾ ਰੁੱਗ ਭਰ ਕੇ ਖੰਡਾਤਾ। ਪਾਸਾ ਨਾ ਪਰਤਿਆ, ਸੂਲਾਂ ਦੀ ਪੀੜ ਉਹਨੂੰ ਪੱਛ ਰਹੀ ਸੀ। ਅੱਧੀ ਰਾਤ ਤੱਕ ਅੱਖਾਂ ਸੌਣ ਭਾਦੋਂ ਦੇ ਤਾਰਿਆਂ ਵਾਂਗੂ ਸਲਾਬੀਆਂ ਪਈਆਂ, ਅੱਧੀ ਰਾਤ ਮਗਰੋਂ ਹੌਲੀ ਹੌਲੀ ਸੁੱਕ ਕੇ ਤਪਣ ਲੱਗ ਪਈਆਂ। ਐਸੇ ਤਪਸ਼ ਦੇ ਤਾਰ ਨਾਲ ਉਹ ਆਪੇ ਮਿੱਚ ਗਈਆਂ। ਜਦੋਂ ਮੁੜ ਖੁੱਲੀਆਂ, ਉੱਭੜ ਬਾਹੀ ਉੱਠ ਕੇ ਬੈਠੀ। ਦਿਨ ਚਿੱਟਾ ਚੜਿਆ ਗਿਆ, ਅੱਲਾ ਬਲਦਾਂ ਨੂੰ ਪੱਠੇ ਪਾ ਰਿਹਾ ਸੀ। ਵੱਡੀ ਧੀ ਚਾਹ ਧਰ ਰਹੀ ਸੀ, ਆਸੇ ਪਾਸੇ ਤੱਕਿਆ, ਅਨਿੰਦਰ ਦੀ ਰੜਕ ਨਾਲ ਅੰਬੀਆਂ ਅੱਖਾਂ, ਸਭ ਕੁਛ ਓਪਰਾ ਓਪਰਾ ਲੱਗ ਰਿਹਾ ਸੀ। ਅੱਖਾਂ ਮੱਲੋ ਜ਼ੋਰੀ ਮਿੱਚ ਮਿੱਚ ਜਾਂਦੀਆਂ। ਉਹਨੇ ਹਥੇਲੀਆਂ ਨਾਲ ਅੱਖਾਂ ਮਲੀਆਂ, ਚਾਣ ਚੱਕ ਉਹਦੇ ਦੋਵੇਂ ਹੱਥ ਸਾਹਮਣੇ ਕਰਕੇ ਹਥੇਲੀਆਂ ਵੱਲ ਇੰਜ ਵੇਖਿਆ ਜਿਵੇਂ ਉਹਨਾਂ ਨੂੰ ਤੂਤੜੇ ਦੇ ਲੂਣ ਲੱਗ ਗਏ ਹੋ। ਬਿੰਦਕ ਮਗਰੋਂ ਹੱਥ ਝਾੜ ਕੇ ਅੱਖਾਂ ਮਲਣ ਲੱਗੀ। 2 ਵਰੇ ਪਿਛਲੇ ਨੂੰ ਜਦੋਂ ਵੀ ਅੱਖਾਂ ਮਲਦੀ ਉਹਨੂੰ ਇਉਂ ਲੱਗਦਾ ਕਿ ਬਾਜਰੇ ਦੇ ਸਿੱਟੇ ਦੀ ਆਖਰੀ ਫਾਂਕ ਵਾਂਗ ਆਪਣੇ ਰੂਪ ਨੂੰ ਹੀ ਮਸਲਣ ਦੀ। ਹਰ ਵਾਰ ਇੰਜ ਲੱਗਦਾ ਜਿਵੇਂ ਉਹਦੇ ਰੂਪ ਦੇ ਸਾਰੇ ਦਾਣੇ ਚਿਰਦੇ ਜਾਂਦੇ ਨੇ, ਮੇਰਾ ਤੂਤੜਾ ਰਹਿ ਜਾਂਦਾ, ਪੋਲਾ ਪੋਲਾ ਫੋਕਾ ਤੂਤੜਾ, ਜਿਹਨੂੰ ਚਿੜੀਆਂ ਕਾਵਾਂ ਨੇ ਫਰੋਲ ਫਰੋਲ ਕੇ ਖੰਡਾਤਾ। ਬਲੰਤੋ ਜਦ ਵਿਆਹੀ ਆਈ, ਲੋਕ ਵੇਖਣ ਆਏ, ਉਹਦੀ ਸਿਫਤ ਨਾ ਹੋਈ ਕਿਸੇ ਤੋਂ। ਪਿੰਡ ਦੀ ਸਭ ਤੋਂ ਵੱਡੀ ਨਗੋਚਣ ਸੋਧਾ ਨੈਣ ਨੂੰ ਵੀ ਘਾਟ ਨਾ ਲਈ, ਉਹਦੇ ਰੂਪ ਨੂੰ ਕੋਈ ਉਪਮਾਨਾ ਦੇ ਸਕੀ। ਪਰੀ ਵਰਗੀ, ਮੂਰਤ ਵਰਗੀ, ਫੂਲਾ ਰਾਣੀ ਵਰਗੀ, ਸਾਰੇ ਸ਼ਬਦ ਉਹਨੂੰ ਫੋਕੇ ਲੱਗੇ। ਫਿਰ ਉਹ ਈਰਖਾ ਨਾਲ ਜਦੋਂ ਆਖਿਆ, ਨੰਗ ਜੱਟ ਨੂੰ ਤਾਂ ਡਿੱਗਿਆ ਲਾਲ ਇੱਥੇ ਆ ਗਿਆ। ਉਹਦੀਆਂ ਅੱਖਾਂ ਉਹਨੂੰ ਸੱਚੀ ਲਾਲਾਂ ਵਾਂਗਾਂ ਦੱਗਦੀਆਂ। ਵਾਕਈ ਬਲੰਤੋ ਇੰਨੀ ਕੁ ਸੋਹਣੀ ਸੀ, ਪਤਾ ਨਹੀਂ ਖਿਆਲ ਗਿਆਲੇ ਦੇ ਹੱਥ ਉਸਦਾ ਹੱਥ ਕਿਵੇਂ ਆ ਗਿਆ। ਗਰੀਬ ਘਰ ਦੀ ਸੀ, ਜਦ ਅੱਜ 14 ਵਰਿਆਂ ਦੀ ਵਿੱਥ ਮੱਸਾਂ ਅਜੇ ਪਈ ਸੀ, ਉਦੋਂ ਲਾਲਾਂ ਵਰਗੀਆਂ ਅੱਖਾਂ ਰਿੱਚ ਕੌਡੀਆਂ ਵਰਗੀਆਂ ਹੋ ਗਈਆਂ। ਉਹਦੇ ਲਾਲਾਂ ਚ ਫੁੱਟਦੀਆਂ ਸਾਰੀਆਂ ਕਿਰਨਾਂ ਮੱਧਮ ਪੈ ਗਈਆਂ। ਦੁੱਖ ਇੰਨਾ ਹੀ ਕਿ ਉਸਨੂੰ ਇਸ ਘਰ ਚ ਇੱਜ਼ਤ ਨਾ ਮਿਲੀ। ਬਲਦਾਂ ਨੂੰ ਪੱਠੇ ਪਾ ਕੇ ਗਿਆਲਾ ਚੁੱਲ੍ਹੇ ਮੂਹਰੇ ਆ ਬੈਠਾ। ਜੀਤਾਂ ਉਹਦੀ ਵੱਡੀ ਧੀ ਕੌਲੇ ਵਿੱਚ ਚਾਹ ਪੀ ਕੇ ਕੌਲੇ ਚ ਚਾਹ ਪੀ ਪਾ ਕੇ ਉਹਦੇ ਅੱਗੇ ਲਿਆ ਧਰੀ। ਜਦੋਂ ਗਿਆਲੇ ਨੇ ਕੌਲਾ ਚੱਕ ਕੇ ਮੂੰਹ ਨੂੰ ਲਿਜਾਇਆ ਤਾਂ ਜੀਤਾਂ ਨੇ ਨਿਗਾਹ ਉੱਚੀ ਕਰਕੇ ਆਪਣੇ ਪਿਓ ਦੇ ਮਾਂਦਰੇ ਵੱਲ ਇੰਜ ਵੇਖਿਆ ਜਿਵੇਂ ਗਿਆਲੇ ਤੋਂ ਧੀ ਦੀਆਂ ਅੱਖਾਂ ਦੀ ਝਾਲ ਨਾ ਚੱਲੀ ਜਾਂਦੀ ਹੋਵੇ। ਜਿਵੇਂ ਧੀ ਗਿਆਲੇ ਨੂੰ ਕਹਿੰਦੀ ਹੋਵੇ, ਫਿੱਟ ਲਾਣ ਤਾਂ ਤੇਰੇ ਮਰਦ ਬਣ ਤੇ ਇਹੋ ਜਿਹੇ ਪਿਓ ਤੇ, ਤੇਰੇ ਇਹੋ ਜਿਹੇ ਪਿਓ ਬਿਨਾਂ ਮੈਂ ਉਈਓ ਚੰਗੀ। ਬਰਾਬਰ ਦੀ ਧੀ ਦੇ ਅੱਖਾਂ ਦੇ ਵਿੱਚ ਜ਼ਹਿਰ ਸੀ। ਜਦੋਂ ਪਿਓ ਧੀ ਦੀ ਇਸ ਤੱਕਣੀ ਚ ਪਤਾ ਨੀ ਕੀ ਸੀ, ਬਲੰਤੋ ਦੀ ਭੁੱਬ ਨਿਕਲ ਗਈ। ਉਹਨੇ ਚੁੰਨੀ ਦਾ ਪੱਲਾ ਪਰੋੜ ਕੇ ਮੂੰਹ ਚ ਦੇ ਰਿਹਾ। ਉਹ ਸੂਲਾਂ ਬਲੰਤੋ ਦੇ ਅੰਦਰ ਚੁੱਭੀਆਂ ਤੇ ਪੀੜਾਂ ਦੇ ਨਾਲ ਉਹ ਪੱਛੀ ਪਈ ਸੀ। ਚਾਹ ਪੀ ਕੇ ਗਿਆਲਾ ਨਰਮਾ ਗੋਡਨ ਖੇਤ ਨੂੰ ਚਲ ਗਿਆ। ਜੀਤਾਂ ਨੇ ਘਰ ਦਾ ਸਾਰਾ ਗੋਹਾ ਕੂੜਾ ਕੀਤਾ, ਚੁੱਲ੍ਹਾ ਚੌਂਕਾ ਸਾਂਭਿਆ, ਰੋਟੀ ਖੇਤ ਵੀ ਰੋਟੀ ਉਹ ਲੈ ਗਈ। ਬਲੰਤੋ ਅੱਜ ਮੰਜੀ ਤੋਂ ਨਾ ਉੱਠੀ, ਨਿੱਕੇ ਦੋਵੇਂ ਪਤਾ ਹੀ ਨਹੀਂ ਘਰ ਚਲੇ। ਸੁੰਨੇ ਘਰ ਚ ਬਲੰਤੋ ਦਾ ਚਿੱਤ ਕਾਲਾ ਪੈਣ ਲੱਗਿਆ। ਉਹ ਕਿਸੇ ਆਹਰ ਲੱਗਣ ਲਈ ਉੱਠ ਕੇ ਬੈਠੀ, ਪਰ ਮੰਜੀ ਤੋਂ ਉੱਠਦੀ ਉਹਦੇ ਸਾਹਮਣੀ ਸਾਂਝੀ ਕੰਧ ਉੱਤੋਂ ਦੇ ਸਹੁਰੇ ਦੀ ਪੱਗ ਦੇਖੀ। ਉਹਦੇ ਅੰਦਰਲੀਆਂ ਸੂਲਾਂ ਫੇਰ ਮੁੜ ਕੇ ਉਹਨੂੰ ਪੱਛ ਗਏ। ਜਦੋਂ ਵਿਆਹੀ ਆਈ, ਸੱਸੋ ਨੂੰ ਮਿਹਣੇ ਮਾਂ ਲੱਗਦੀ, ਮਿਹਣਾ ਦਾਜ ਦਾ ਹੁੰਦਾ। ਅਸੀਂ ਕੋਈ ਸਿਕਲੀ ਗਰ ਸੀ, ਜੈ ਖਾਣਿਆਂ ਨੇ ਚਾਂਦੀ ਦੀਆਂ ਬਾਂਕਾਂ ਪਾ ਕੇ ਮੱਥੇ ਮਾਰੀ, ਨਿਰੇ ਰੂਪ ਨੂੰ ਕਿਸਨੇ ਥੇਲੀ ਚ ਪਾ ਕੇ ਚੱਟਣਾ। ਸੱਸ ਚੌੜੇ ਚਗਾਠੇ ਵਾਲੀ ਤੁਰਦੀ ਐਂ ਬੋਲ ਕੇ ਜਾਂਦੀ, ਨਾਲੇ ਦੋਨੇ ਖੀਸਿਆਂ ਚ ਹੱਥ ਪਾ ਕੇ ਦਿਖਾਉਂਦੀ ਕਿ ਖਾਲੀ। ਬਲੰਤੋ ਦੇ ਮੂੰਹ ਉੱਤੇ ਕਿੰਨਾ ਚਿਰੇ ਮਿਹਣਾ ਉਹਨੇ ਭਾਵੇਂ ਨਹੀਂ ਦਿੱਤਾ, ਪਰ ਗੁਆਂਢਾਂ ਕੋਲ ਕੀਤੀਆਂ ਬਦਖੋਈਆਂ ਦਾ ਬਲੰਤੋ ਨੂੰ ਪਤਾ। ਆਪਣੇ ਵੱਲੋਂ ਬਲੰਤੋ ਨੇ ਕਦੇ ਸ਼ਿਕਾਇਤ ਨਾ ਦਿੱਤੀ। ਸਾਡੇ ਸਾਰੇ ਘਰ ਦਾ ਉਹ ਕੰਮ ਕਰਦੀ, 10 ਜੀਆਂ ਦੀ ਰੋਟੀ, 8 ਪਸ਼ੂ,
ਕਿਸੇ ਦੇ ਗਲ ਮੈਲਾ ਕੱਪੜਾ ਨਾ ਘਰ ਦੇ ਕੂਚੇ ਰਿੜਕਣੇ ਵਾਂਗ ਘਰ ਨੂੰ ਲਿਸ਼ਕਾਈ ਰੱਖਦੀ, ਫਿਰ ਵੀ ਸੱਸ ਨੂੰ ਟਿਕਣ ਨਾ ਦਿੰਦੀ। ਇੱਕ ਰਾਤ ਗਿਆਲੇ ਨੂੰ ਉਹਨੇ ਸਾਰੀ ਗੱਲ ਦੱਸੀ, ਪਰ ਗਿਆਲਾ ਤੀਮੀਆਂ ਵਰਗਾ ਬੰਦਾ ਸੀ, ਉਹ ਨਰਮਾਈ ਨਾਲ ਬੋਲਿਆ, ਮੈਂ ਜਿਉਂ ਜਦ ਦਾ ਜੰਮਿਆ ਕਦੇ ਮਾਪਿਆਂ ਸਾਹਮਣੇ ਨਹੀਂ ਬੋਲਿਆ, ਜੇ ਤੂੰ ਅੱਗੇ ਬੋਲ ਪਈ ਸਾਰੀ ਰੱਖੀ ਰਖਾਈ ਮੇਰੀ ਤਾਂ ਖੂਹ ਚ ਪੈ ਜੂ, ਹੋਰ ਭਾਵੇਂ ਜੋ ਜੀ ਕਰੀ ਪਰ ਮੇਰੇ ਮਾਪਿਆਂ ਮੂਹਰੇ ਨਾ ਬੋਲੀ ਸਾਰੀ ਉਮਰ ਵਾਸਤੇ, ਇਹ ਵਚਨ ਹੈ ਮੇਰੇ ਤੋਂ। ਬਲੰਤ ਨੂੰ ਉਹ ਬਚਨ ਮੂਹਰੇ ਪੈਂਦਾ। ਪੂਰੇ 3 ਵਰੇ ਉਹ ਸੱਸ ਦੇ ਖਰਮੇ ਬੋਲ ਤੇ ਮਿਹਣੇ ਸੁਣਦੇ ਰਹੀ, ਸ਼ਰਾਬੀ ਸਹੁਰੇ ਤੇ ਲੱਥ ਦਿਓਰ ਦੀਆਂ ਨਾ ਜਰੀਆਂ ਜਾਣ ਵਾਲੀਆਂ ਗੱਲਾਂ ਤੇ ਗਾਲਾਂ, ਪਰ ਬਚਨ ਨਾ ਤੋੜਿਆ। ਫਿਰ ਉਹਦੇ ਦਿਓਰ ਦਾ ਵਿਆਹ ਆਇਆ, ਉਹਦੀ ਦਰਾਣੀ ਨੇ ਸਾਰਾ ਅੰਦਰ ਬਾਹਰ ਭਰਤਾ, ਬਲੰਤ ਦਾ ਰਹਿੰਦਾ ਖੂੰਦਾ ਉੱਕਰ ਵੀ ਮੁੱਕ ਗਿਆ। ਉਸਨੇ ਗਿਆਲੇ ਨੂੰ ਕਈ ਵਾਰ ਅੱਡ ਹੋਣ ਦੀ ਸਲਾਹ ਦਿੱਤੀ, ਪਰ ਜਦੋਂ ਤਾਈ ਮਾਪਿਆਂ ਤੇ ਭਰਾ ਨੇ ਉਹਦੀ ਤੀਵੀਂ ਨੂੰ 100-100 ਉਂਝਾਂ ਲਾ ਕੇ ਰਣ ਦਾ ਗੋਲਾ ਆ ਕੇ ਘਰੋਂ ਨਾ ਕੱਢਿਆ, ਜਦ ਤੱਕ ਉਹ ਮੰਨਿਆ। ਅੱਡ ਹੋਣ ਵੇਲੇ ਗਿਆਲੇ ਨੇ ਤੀਵੀਆਂ ਵਾਲੀ ਗੱਲ ਕੀਤੀ, ਪਿਓ ਨੇ ਹਿੱਸੇ ਆਉਂਦੀ ਪੂਰੀ ਪੈੜੀ ਵੀ ਨਾ ਦਿੱਤੀ, ਜਿਹੜੀ ਦਿੱਤੀ ਉਹ ਬਾਕੀਆਂ ਨਾਲੋਂ ਰੱਦੀ ਮਾਰੂ ਤੇ ਝਾੜ ਮਲਿਆਂ ਵਾਲੀ। ਘਰ ਵਿੱਚੋਂ 5-6 ਹਿੱਸਾ ਦੇ ਤਾ, ਬਲਦ 2 ਹਾਰੇ ਤੇ ਸੰਦ ਉਹ ਫੜਾਏ ਜਿਹੜੇ ਕਿਸੇ ਕੰਮ ਦੇ ਨਹੀਂ। ਬਲੰਤੋਂ ਦੇ ਪੇਕਿਆਂ ਨੇ ਭਾਂਡੇ ਕੱਪੜੇ ਵੀ ਅੱਧੇ ਬਹੁਤੇ ਰੱਖ ਰਖਾ ਲਏ। ਗਿਆਲਾ ਚੁੱਪ, ਬਲੰਤ ਨੂੰ ਉਹਦੇ ਦਿੱਤੇ ਵਚਨ ਕਾਇਮ ਰੱਖੇ, ਦੋਨੇ ਸਬਰ ਦਾ ਘੁੱਟ ਭਰ ਕੇ ਬਹਿ ਗਏ। ਹੁਣ 11 ਉਹਨੂੰ ਸਬਰ ਦਾ ਘੁੱਟ ਭਰਦਿਆਂ ਹੋ ਗਏ। 12 ਲੱਗਿਆ ਹੋਇਆ ਸੀ, 12 ਉਹ ਜਿਹੜਾ ਰੂੜੀ ਦੀ ਸੁਣੀ ਜਾਂਦੀ ਹੈ, ਪਰ ਉਹਦੀ ਨਾ ਸੁਣੀ ਗਈ। ਅੱਧਾ ਟੱਠਾ ਘਰ ਪੱਕੀ ਤੇ ਕੱਚੀ, ਅੱਧੀ ਇੱਟ, ਉਹ ਖੁਰਲੀ ਹੇਠ ਜੇਠ ਹਾੜ ਦੇ ਮਹੀਨੇ ਵੱਧੇ ਪਸ਼ੂਆਂ ਨੂੰ ਸਿੱਧੀ ਧੁੱਪ, ਖੁਰਲੀ ਉੱਤੇ ਪਾਇਆ ਪੁਰਾਣਾ ਛੱਪਰ ਜਿਹੜਾ ਧੁੱਪ ਨੂੰ ਵੇਹਦਿਆਂ ਪਸ਼ੂ ਨੂੰ ਆਸਰਾ ਦੇਣ ਦੀ ਥਾਂ ਆਪ ਹੌਂਕਣ ਲੱਗਦਾ। ਪਿਛਲੀ ਸਵਾਤ ਉਵੇਂ ਜਿਵੇਂ ਮੀਹਾਂ ਦੇ ਰੁੱਤੇ ਪਾਣੀ ਨਾਲ ਭਰ ਜਾਂਦੀ, ਇਹ ਸਾਰਾ ਕੁਝ ਬਾਹਰ ਲੱਗਦੀ। ਬਲੰਤੋਂ ਹਰ ਵੇਲੇ ਸਵਾਰਦੀ ਰਹਿੰਦੀ, ਹਰ ਨਿਰੀ ਉਹ ਹੱਥਾਂ ਦੀ ਖੇਚਲ ਨਾਲ ਅੱਧੀ ਸਦੀ ਦੀਆਂ ਪੁਰਾਣੀਆਂ ਕੰਧਾਂ ਦਾ ਕਾਠ ਨਵਾਂ ਨਰਵਾ ਰਹਿੰਦਾ, ਪਰ ਉਹਦਾ ਆਪਣਾ ਰੂਪ ਢਲਦਾ ਗਿਆ। ਉਹ ਬਲੰਤੋਂ ਜਿਹਨੂੰ ਲੋਕ ਵੇਖਣ ਲਈ ਉਹਦੇ ਝਾਕੇ ਲਈ ਗਲੀ 'ਚ ਗੇੜੇ ਮਾਰਦੇ, ਉਹ ਬਲੰਤੋਂ ਖੁਰਦੀ ਜਾਂਦੀ। ਗਿਆਲੇ ਦੀ ਲੋਕ ਉਸਨੂੰ ਕੰਮ ਕਰਦੇ ਗਿਆਲੇ ਦੀ ਨਗੌਰੀ ਗੱਡ ਕਹਿਣ ਲੱਗੇ, ਕਿਉਂਕਿ ਉਹ ਕੰਮ ਵੀ ਬਹੁਤ ਕਰਦੀ, ਗਾਡੀ ਕੰਮ ਸੀ ਉਸਦਾ। 11 ਉਹਨੇ ਸੱਸ ਤੇ ਸਹੁਰੇ ਦੇ ਸ਼ਰੀਕ ਦੀਆਂ ਤੱਤੀਆਂ ਠੰਡੀਆਂ ਸੁਣੀਆਂ, ਗਿਆਲੇ ਦੇ ਵਚਨ ਦੇ ਦੀ ਅੜਾਈ ਕਰੀਰ ਦੀ ਢਿੰਗਰੀ ਨਾ ਟੁੱਕਣ ਦਿੱਤੀ। ਇਹਦੇ ਨਾਲ ਲੱਗ ਲੱਗ ਕੇ ਹੋਰ ਸਾਰਾ ਕਿੰਨਾ ਨਿੱਕਾ ਸੁੱਕ ਇਕੱਠਾ ਹੁੰਦਾ ਗਿਆ, ਪਾਣੀ ਦਾ ਨਿਕਾਸ ਉੱਕਾ ਰੁਕ ਗਿਆ, ਪਰ ਉਹ ਅੰਦਰ ਇੰਨੇ ਚਿਰ ਦੇ ਸੋਕੇ ਨਾਲ ਖੱਖੜੀ ਵਾਂਗ ਪਾਟ ਚੱਲਿਆ, ਪਰ ਉਹਨੇ ਢਿੰਗਰੀ ਨਾ ਟੁੱਟਣ। ਹੋਰ ਸਾਰੇ ਤਾਂ ਜੋ ਕਹਿੰਦੇ ਉਹ ਠੀਕ ਸੀ, ਪਰ ਹੁਣ ਉਹਦੀ ਦਰਾਣੀ ਆ ਜਿਹੜੀ, ਉਹ ਦਰਾਣੀ ਉਸਨੂੰ ਬਹੁਤ ਤੰਗ ਕਰਦੀ। ਪਿਛਲੇ ਦਿਨ ਹੀ ਉਹਦਾ ਪਿਓ ਸੱਜਰ ਸੂਈ ਝੋਟੀ ਬੰਨ ਗਿਆ। ਗੁਆਂਢਣ ਬਚਿੰਤੀ ਦੀ ਨੂੰਹ ਉਹਨੂੰ ਵਧਾਈਆਂ ਦੇਣ ਲੱਗ ਗਈ ਤਾਂ ਕੰਧ ਦੇ ਉੱਪਰ ਦੀ ਉਹਨੇ ਮੂੰਹ ਅਗੀਸ ਕੇ ਬਲੰਤੋਂ ਨੂੰ ਸੁਣਾਇਆ, ਰੱਬ ਦਾ ਦਿੱਤਾ ਬਾਹਲਾ ਕੁਛ ਹੈ, 7 ਖੜੀਆਂ ਸੀ ਹੱਥਣੀਆਂ ਆ ਰਹੀਆਂ। ਬਾਪੂ ਕਹਿੰਦਾ ਬੱਚਾ ਹੁਣ ਜਿਹੜਾ ਜੀ ਕਰਦਾ ਲੈ ਜਾ, ਜਿਹਦੇ ਤੇ ਹੱਥ ਮਰਜ਼ੀ ਰੱਖ, ਲੋਕਾਂ ਕੋਲ ਕੁੱਜੇ ਚੱਕ ਕੇ ਲੱਸੀ ਨੂੰ ਤਾਂ ਨਹੀਂ ਦਰ ਦਰ ਤੁਰੇ ਫਿਰਾਂਗੇ। ਬਲੰਤੋਂ ਨੂੰ ਬਹੁਤ ਔਖਾ ਲੱਗਿਆ, ਦਰਾਣੀ ਨੂੰ ਉਹਦੇ ਪੇਕਿਆਂ ਦੀ ਬਖਤਾਵਰੀ ਦਾ ਹੰਕਾਰ ਸੀ। ਬਲੰਤ ਦੇ ਚਿੱਤ ਨੂੰ ਹੋਇਆ ਵਿਕਾਸ, ਮੈਂ ਵੀ ਅਮੀਰ ਮਾਪਿਆਂ ਦੇ ਘਰੇ ਕਿਤੇ ਜੰਮੀ ਹਾਂ। ਪਾਣੀ ਦਿਨੋ ਦਿਨ ਚੜ੍ਹਦਾ ਰਿਹਾ, ਕਰੀਰ ਦੀ ਢਿੰਗਰੀ ਦੇ ਮਾਜਨੇ ਤੋਂ ਬਧੇਰਾ ਜ਼ੋਰ ਲੱਗਦਾ, ਪਰ ਢਿੰਗਰੀ ਨਾ ਟੁੱਟੀ। ਬਲੰਤੋਂ ਸਾਰਾ ਦਿਨ ਨਿਢਾਲ ਹੋ ਕੇ ਪਏ। ਦਿਨ ਢਲੇ ਜਦੋਂ ਗਿਆਲਾ ਘਰੇ ਮੁੜਿਆ, ਉਹਨੂੰ ਮੰਜੇ ਤੇ ਪਈ ਨੂੰ ਉਹਦਾ ਕਾਲ ਵੇਖ ਕੇ ਕਾਲਜਾ ਫੜੇਗਾ। ਚੌਂ ਪੈਰਾਂ ਵਿੱਚ ਬਲੰਤੋਂ ਦਾ ਰਹਿੰਦਾ ਰੂਪ ਵੀ ਉੱਡ ਗਿਆ ਸੀ, ਅੱਖਾਂ ਬਹੁਤ ਡੂੰਘੀਆਂ ਹੋ। ਗਿਆਲਾ ਨੇ ਮੂੰਹ ਝੂਣਾ ਜਿਹਾ ਹੋ ਕੇ ਖੁਰਲੀ ਤੇ ਬਹਿ ਗਿਆ, ਉਹਨੇ ਸਿਰ ਤੇ ਪਿੱਠ ਵਿੱਚ ਅਸਹਿ ਪੀੜ ਵੇਖੀ, ਨੀਵੀਂ ਪਾ ਕੇ ਉਹ ਦੇਖਦਾ ਰਿਹਾ। ਸੁਪਨੇ ਵਾਂਗ ਉਹਨੂੰ ਬਲੰਤੋਂ ਦੇ ਉਹਨਾਂ ਨਕਸ਼ਿਆਂ ਦਾ ਖਿਆਲ ਆ, ਜਿਹੜਾ ਅੱਜ ਤੋਂ ਕੁੱਲ 14 ਪਹਿਲਾਂ ਜਿਹਦੀ ਝਾਲ ਨਾ ਝੱਲੀ ਜਾਂਦੀ, ਦੁੱਧ ਵਰਗੇ ਚਿੱਟੇ ਮੋਮੀ ਕਾਗਜ਼ ਦੀ ਗੁੱਡੀ ਵਰਗੀ ਉਸ ਤੀਵੀਂ ਨੂੰ ਘੁੱਟਵਾਂ ਹੱਥ ਵੀ ਨਾ ਪਾਉਂਦਾ ਕਿ ਕਿਤੇ ਮਤਾ ਮੈਲੀ ਨਾ ਹੋ, ਕਿਤੇ ਮਚਕੂੜੀ ਨਾ ਜਾ। ਜਦੋਂ ਗਿਆਲੇ ਨੇ ਸਿਰ ਚੁੱਕਿਆ, ਸਾਹਮਣੇ ਜਟੂਰੀਆਂ ਖਿਲਾਰੀ ਫਿਰਦਾ ਮਾਘੀ ਦੱਸਿਆ, ਜਿਹੜਾ ਉਹਦਾ ਭਾਈ ਸੀ, ਸ਼ਰਾਬ ਦਾ ਰੱਜਿਆ ਝੂਲਦਾ ਫਿਰੇ। ਗਿਆਲੇ ਨੂੰ ਖੁਰਲੀ ਉੱਤੇ ਇੰਜ ਅਰਦਾਸ ਬੈਠਿਆਂ ਵੇਖ ਕੇ, ਅੱਡੀਆਂ ਚੋਕੇ ਵੇਖ ਕੇ ਬਿਆਂਕ ਨਾਲ ਉੱਚੀ ਆਵਾਜ਼ ਚ ਕਹਿੰਦਾ, ਸੁਣਾ ਵੇ ਰੰਨ ਦਿਆ ਮਰੀਦਾ, ਕਿਹੜੇ ਰੰਗਾਂ ਚ ਹੈ। ਗਿਆਲੇ ਨੇ ਕਦੇ ਵੱਧ ਘੱਟ ਹੀ ਬੋਲਿਆ ਸੀ, 11 ਉਹਨੂੰ ਅੱਡ ਹੋਏ ਨੂੰ ਹੋ ਗਏ, ਕਿੰਨੀ ਵਾਰ ਉਹਨੇ ਇਹ ਲੱਥ ਸ਼ਰਾਬੀ ਭਰਾ ਨੂੰ ਮੰਦਾ ਬੋਲਦੇ ਮਿਹਣੇ ਸੁਣੇ ਸੀ, ਪਰ ਉਹ ਕਦੇ ਨਾ ਬੋਲਦਾ। ਗਿਆਲਾ ਅੱਜ ਵੀ ਪਹਿਲਾਂ ਵਾਂਗ ਚੁੱਪ ਕਰਕੇ ਅੰਦਰ ਜਾਂਦਾ ਰਿਹਾ। ਸਵਾਦ ਦੇ ਪਰਛਾਵੇਂ ਪਈ ਬਲੰਤ ਨੇ ਜਦ ਗਿਆਲੇ ਨੂੰ ਅੰਦਰ ਜਾਂਦੇ ਵੇਖਿਆ, ਉਹਦਾ ਸਵਾ ਦਹਾਕੇ ਦੇ ਸੋਖੇ ਨਾਲ ਖੱਖੜੀ ਵਾਂਗ ਪਾਟਿਆ ਅੰਦਰ ਝੁਲਸਿਆ ਗਿਆ, ਜਿਵੇਂ ਸੂਰਜ ਦੀ ਸਾਰੀ ਅੱਗ ਉਹਦੇ ਚ ਆ ਗਈ।
ਬਲੰਤੋਂ ਉੱਠ ਕੇ ਬਹਿ ਗਈ। ਦਿਓਰ ਦੀ ਥਾਂ ਉਹਦੇ ਡਰ ਨਾਲ ਡੱਕਿਆ ਹੋਇਆ ਸਹੁਰਾ ਆ ਗਿਆ। ਮਾਘੀ ਹੱਸ ਕੇ ਪਰੇ ਗਿਆ। ਉਸਨੇ ਆਪਣੀ ਮਰਨਾਊ ਅੱਖਾਂ ਵੱਲ ਉਸ ਵੱਲ ਇੰਜ ਵੇਖਿਆ ਜਿਵੇਂ ਉਹਨੂੰ ਲੈਣ ਆਏ ਧਰਮ ਰਾਜਾਂ ਦੇ ਦੂਤਾਂ ਵੱਲ ਵਹਿੰਦੀ ਹੋ। ਇਸ ਗੱਲ ਦਾ ਖਿਆਲ ਉਹਨੂੰ ਕਿੰਨਾ ਚਿਰ ਨਾ ਆਇਆ ਕਿ ਸਹੁਰੇ ਦੇ ਸਾਹਮਣੇ ਉਹ ਅਜੇ ਤਾਈਂ ਨੰਗੇ ਸਿਰ ਬੈਠੀ ਹੈ। ਮੰਜੀ ਤੇ ਉੱਠ ਕੇ ਬਹਿਣ ਲੱਗਿਆਂ ਸਿਰ ਤੋਂ ਲੈ ਗਈ ਚੁੰਨੀ ਦਾ ਅਜੇ ਤੱਕ ਚੁੱਕ ਕੇ ਉਹਨੇ ਸਿਰ ਤੇ ਨਹੀਂ ਲਈ ਤੇ ਵਚਨ ਦੇ ਕਰੀਰ ਦੀ ਢਿੰਗਰੀ ਦਾ ਜਕਰਾਟਾ ਜਰਕਾਟਾ ਪੈ ਚੁੱਕਿਆ ਸੀ। ਸਾਰਾ ਪਾਣੀ ਸਵਾ ਦਹਾਕੇ ਦੇ ਭੁੱਖੇ ਮੋਗੇ ਦੇ ਵਿੱਚ ਦੀ ਸਣੇ ਟੁੱਟੀ ਢਿੰਗਰੀ ਦੇ ਇਹਦੇ ਇਸਦੇ ਦੁਆਲੇ ਇਕੱਠੇ ਹੋਏ ਨਿੱਕ ਸੁੱਕ ਦੇ ਹੜ੍ਹ ਵਾਂਗ ਵੜ ਗਏ। ਝੁਲਸੀ ਹੋਈ ਅੰਦਰ ਧਰਤੀ ਦੀਆਂ ਪੱਥਰ ਹੋਈਆਂ ਤਰੇੜਾਂ ਭਿੱਜ ਕੇ ਤੜਕ 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 ਕਰ ਤੇ ਉਹਨੂੰ ਨੰਗੇ ਸਿਰ ਬਹਿ ਕੇ ਸਹੁਰੇ ਨੇ ਮਾਂ ਦੀ ਗਾਲ ਖੜੀ। ਖੜਾ ਤੇਰੀ ਇਉਂ ਕਹਿ ਕੇ ਜਦ ਤੂੰ ਸਾਨੂੰ ਕੰਜਰ ਬਣਾਤਾ ਬੋਟੀ ਬੋਟੀ ਕਰਕੇ ਖਪਾ ਦਿਆਂਗੇ ਅੰਦਰ ਹਵਾ ਨਹੀਂ ਨਿਕਲਣ ਦੇਣੀ ਭੁਲਾ ਕਿਤੇ ਭੁੱਲੀ ਫਿਰਦੀ ਹੋਵੇਂ। ਪਰ ਅੱਜ ਬਲੰਤੇ ਨੂੰ ਅੱਗੇ ਵਾਂਗ ਸਹੁਰੇ ਤੋਂ ਡਰ ਨਾ ਲੱਗਿਆ ਨਾ ਉਹਨੇ ਚੁੰਨੀ ਚੱਕੀ ਤੇ ਉਹ ਸਹੁਰੇ ਵੱਲ ਸਿੱਧਾ ਝਾਕ ਰਹੀ ਸੀ। ਕੀ ਗੱਲ ਹੈ ਬਾਪੂ ਪਿਓ ਨੂੰ ਗਾਲਾਂ ਕੱਢਦੇ ਸੁਣ ਕੇ ਮਾਘੀ ਨੇ ਨੇੜੇ ਆ ਵੇਖ ਇਹ ਸਾਨੂੰ ਕਿਵੇਂ ਠਿੱਠ ਕਰਜੇ ਹੋਰ ਤਾਂ ਸਭ ਕਤੂਤਾਂ ਕਰ ਲਈਆਂ ਆਹ ਕਸਰ ਰਹਿੰਦੀ ਸੀ ਇਹ ਵੀ ਕਰ ਲਈ ਵਿਹੜੇ ਚ ਕਿਵੇਂ ਵੇਖ ਕੰਜਰੀਆਂ ਵਾਂਗੂ ਬੇਸ਼ਰਮ ਹੋਈ ਬੈਠੀ ਹੈ ਮੈਨੂੰ ਗਨਾਸੀ ਫੜਾ ਉਰੇ ਇਹਦਾ ਭੁਗਤਾਵਾਂ ਧੰਦਾ ਸਾਰੀ ਉਮਰ ਦਾ ਸਿਆਪਾ ਮੁੱਕੂ ਤੂੰ ਕਾਹਨੂੰ ਧੌਲਿਆਂ ਨੂੰ ਕਲੰਕ ਲੈਣਾ ਹੈ ਬਈ ਇਹ ਪੁੰਨ ਮੈਨੂੰ ਖੱਟਣ ਦੇ ਨਾਲੇ ਵਿਚਾਰੇ ਸਾਡੇ ਬਾਈ ਦੀ ਗੱਤ ਹੋਜੂ ਇਹਦਾ ਕਰਿੰਦਲ ਲਾ ਦੀਏ ਅੱਜ ਇਹਦੇ ਗਲੋਂ ਮਾਘੀ ਨੇ ਖੁੱਲੇ ਕੇਸਾਂ ਦਾ ਜੂੜਾ ਕਰਦੇ ਲਲਕਰਾ ਮਾਰੇ ਖੁਰਲੀ ਉੱਤੇ ਚੜ੍ਹ ਕੇ ਉਹਨੇ ਕੰਧ ਉੱਤੇ ਨਿਸ਼ਾਨ ਮਾਰੀ ਬਲੰਤੋ ਦੇ ਵਿਹੜੇ ਚ ਆ ਗਿਆ ਬਲੰਤੋ ਦਾ ਸਹੁਰਾ ਵੀ ਬਾਹਰੋਂ ਦੀ ਹੋ ਕੇ ਗਾਲਾਂ ਕੱਢਦਾ ਅੰਦਰ ਆ ਰੌਲਾ ਸੁਣ ਕੇ ਖਿਆਲਾ ਅੰਦਰੋਂ ਗਿਆਲਾ ਅੰਦਰੋਂ ਨਿਕਲਿਆ ਰਾਸ਼ਾਵਾਂ ਵਧੇ ਆਉਂਦੇ ਭਰਾ ਤੇ ਪਿਓ ਨੂੰ ਵੇਖ ਕੇ ਸਮਝ ਗਏ ਕਰੀਰ ਦੀ ਢਿੰਗਰੀ ਟੁੱਟੀ ਹੋਈ ਸੀ। ਬਲੰਤੋ ਉਹਨਾਂ ਦੋਹਾਂ ਦੇ ਨੇੜੇ ਆਉਣ ਤੋਂ ਪਹਿਲਾਂ ਬਬੂਕਾ ਮਾਰ ਕੇ ਖੜੀ ਹੋ ਅੰਦਰ ਧਸੀਆਂ ਅੱਖਾਂ ਲਾਲ ਸੂਹੀਆਂ ਹੋ ਗਈਆਂ ਉਵੇਂ ਜਿਵੇਂ ਨੰਗੇ ਸਿਰ ਉਹ ਖੂੰਜੇ ਪਿਆ ਉਸਨੇ ਘੋਟਣਾ ਚੱਕ ਲਿਆ ਤੇ ਕਿਲਕਾਰੀ ਮਾਰ ਕੇ ਚੀਕੀ ਆਓ ਮੇਰੇ ਪਿਓ ਦੇ ਸਾਲਿਓ ਜਿਹੜਾ ਮੇਰੇ ਨੇੜੇ ਲੱਗਦਾ ਸਣੇ ਓੜਮੇ ਕੋੜਮੇ ਜੇ ਨਾ ਅੰਦਰਾਂ ਕੱਢ ਲਈਆਂ ਤਾਂ ਮੈਨੂੰ ਬਲੰਤੋ ਕਿਹਨੇ ਕਹਿਣਾ ਅੱਜ ਅੱਜ ਨਵੇੜੇ ਲਈ ਉਹਨੇ ਇੰਨੀ ਉੱਚੀ ਚੀਕ ਮਾਰੀ ਗਿਆਲੇ ਤੋਂ ਵੀ ਉਹਦੀ ਆਵਾਜ਼ ਨਾ ਪਛਾਣੀ ਗਈ ਨਿਆਣੇ ਡਰਦੇ ਮਾਰੇ ਕੰਧਣ ਲੱਗ ਗਏ ਗਿਆਲੇ ਦਾ ਪਿਓ ਤੇ ਮਾਘੀ ਵੀ ਸਹਿਮ ਗਈ ਉਹਨੂੰ ਸੱਚ ਨਹੀਂ ਸੀ ਕਹਿੰਦਾ ਇਹ ਤੀਵੀਂ ਜਿਹੜੀ ਸਵਾ ਦਹਾਕੇ ਕੰਧ ਬਣ ਕੇ ਜੁੱਤੀਆਂ ਖਾਂਦੀ ਰਹੀ ਖਰਮੇ ਬੋਲ ਤੇ ਗਾਲਾਂ ਸੁਣਦੀ ਰਹੀ ਕਦੇ ਕੋਈ ਵੀ ਨਹੀਂ ਸੀ ਅੱਜ ਕਾਲਕਾ ਦਾ ਰੂਪ ਕਿਵੇਂ ਧਾਰੀ ਖੜੀ ਹੈ। ਅਗਲੇ ਪਲ ਸ਼ਰਾਬੀ ਅੱਖਾਂ ਬਿਨਾਂ ਕੋਈ ਡੂੰਘੀ ਗੱਲ ਸੋਚਿਆ ਹੋਰ ਕਹਿਰ ਵਿੱਚ ਆ ਗਿਆ ਦੋਵੇਂ ਪਿਓ ਪੁੱਤਾਂ ਉਹਨੂੰ ਕੰਜਰੀ ਤੀਵੀਂ ਨੂੰ ਬਘਿਆੜ ਵਾਂਗ ਪਾਲਣ ਪੈ ਗਿਆ। ਬਲੰਤੋ ਗਿਆਲੇ ਨੇ ਕੂਕ ਕੇ ਉਹਦੇ ਪਿੱਛੇ ਭੱਜਿਆ ਤੇ ਬਲੰਤੋ ਹੁਣ ਕੌਣ ਬਲੰਤੋ ਬਲੰਤ ਹੁਣ ਨਹੀਂ ਕਿਤੇ ਦੀ ਦੀ ਕਰੀਰ ਦੀ ਢਿੰਗਰੀ ਟੁੱਟ ਗਈ। ਗਿਆਲਾ ਅਜੇ ਉਹਦੇ ਕੋਲ ਅਪੜਿਆ ਸੀ ਬਲੰਤੋ ਨੇ ਆਉਂਦੇ ਉਹਦੇ ਵੱਲ ਆਉਂਦੇ ਮਾਘੀ ਵੱਲ ਦਿਓਰ ਵੱਲ ਸਿਰ ਮੈਦਾਨ ਭੱਜ ਕੇ ਉਹਨੂੰ ਮਿਲਦਿਆਂ ਘੋਟਣਾ ਸਿੱਧਾ ਕਰਕੇ ਸੱਜੇ ਮੋਢੇ ਤੇ ਮਾਰਿਆ ਇੰਨੇ ਜ਼ੋਰ ਨਾਲ ਕਿ ਨਾਲ ਦੇ ਨਾਲ ਮਾਘੀ ਦੀ ਬਾਂਹ ਟੁੱਟ ਕੇ ਇਉਂ ਲਮਕਣ ਲੱਗ ਗਈ ਜਿਵੇਂ ਵੇਰ ਲਮਕਦੇ ਹੁੰਦੇ। ਸਹੁਰਾ ਗਿਆ ਹੋਇਆ ਮਾਘੀ ਵੱਲੋਂ ਭੌਂ ਕੇ ਉਹਨੂੰ ਪੈ ਗਈ ਜਦੋਂ ਟੁੱਟ ਮਾਜਿਆ ਇੱਕ ਘੋਟਣਾ ਗਿਆਲੇ ਦੇ ਪਿਓ ਦੇ ਵੱਜਿਆ ਉਹ ਗਾਲਾਂ ਕੱਢਦਾ ਐਂ ਬਾਹਰ ਨੂੰ ਭੱਜਿਆ ਜਿਵੇਂ ਕੁੱਤੇ ਦੇ ਕਿਸੇ ਦੇ ਡਾਂਗ ਫਿਰੀ ਹੁੰਦੇ ਨਾਲੇ ਟੌਂਕੇ। ਜਦੋਂ ਗਿਆਲੇ ਨੇ ਭੱਜ ਕੇ ਬਲੰਤ ਦੇ ਨੇੜੇ ਆ ਗੱਤਕੇ ਦੇ ਖਿਡਾਰੀ ਵਾਂਗ ਫੀ ਪੈਰੀ ਬਬੂਕਾ ਮਾਰ ਕੇ ਉਹਨੇ ਸਿੱਧਾ ਜਦ ਘੋਟਣਾ ਗਿਆਲੇ ਵੱਲ ਨੂੰ ਕੀਤਾ ਗਿਆਲੇ ਨੇ ਹੱਥ ਜੋੜ ਆਓ ਕੋਈ ਜਿਹੜਾ ਸੱਗਾ ਰੱਤਾ ਮੇਰੇ ਨੇੜੇ ਲੱਗ ਕੇ ਵੇਖੋ 14 ਵਰੇ ਮੇਰਾ ਅੰਦਰ ਸਾੜਿਆ ਤੀਵੀਂ ਕਰਕੇ ਲੱਗੇ ਹੁਣ ਨੇੜੇ ਜੇ ਤੁਹਾਡੀ ਰੱਤ ਨਾ ਪੀ ਜਾ ਸਾਰੇ ਨਾਲੇ ਸੱਦ ਲਓ ਜਿਹੜੀ ਫੂਲ ਕਹਿੰਦੀ ਧੀ ਜਿਹੜੀ ਨਿੱਤ ਰਾਜੇ ਮਾਪਿਆਂ ਦੇ ਲਿਆ ਲਿਆ ਕੇ ਹੱਥਣੀਆਂ ਬੰਨਦੀ ਆ ਤੁਸੀਂ ਗੰਦ ਦਿਓ ਭੁੱਖੇ ਹੋ ਵੱਡੇ ਮਰਦੂਪਣੇ ਵਾਲੇ ਹੋ ਕੰਗਾਲਾਂ ਦੀ ਧੀ ਦੇ ਨੇੜੇ ਲੱਗ ਕੇ ਵੇਖਿਓ 14 ਵਰੇ ਤੁਹਾਡੀਆਂ ਸੁਣ ਲਈਆਂ ਤੁਸੀਂ ਮੈਨੂੰ ਗਰੀਬਣੀ ਜਾਣ ਕੇ ਆਤਮਾ ਪਛਦੇ ਹੋਵੋ ਨੇੜੇ ਹੁਣ ਵੱਡੇ ਹੋ ਸੂਰਮਿਓ ਰੱਤ ਪੀ ਜੂ ਰੱਤ। ਜਦ ਲਲਕਰਾ ਉਹਨੇ ਮਾਰਿਆ ਗਿਆਲਾ ਹੱਥ ਜੋੜ ਉਹਦਾ ਚਿਹਰਾ ਪਲ ਦੀ ਪਲ ਸੁਭਾ ਹੋ ਗਿਆ। ਗਿਆਲੇ ਨੂੰ ਐਂ ਲੱਗਿਆ ਜਿਵੇਂ 14 ਸਾਲ ਸੱਜ ਵਿਆਹੀ ਬਲੰਤੋ ਮੂਹਰੇ ਖੜੀ ਆ। ਰੌਲਾ ਸੁਣ ਕੇ ਅਖਬਾਰ ਇਕੱਠਾ ਹੋ ਗਿਆ ਲੋਕਾਂ ਨੇ ਬਲੰਤੋ ਨੂੰ ਨੰਗੇ ਸਿਰ ਸਾਹਮਣੇ ਘੋਟਣਾ ਚੁੱਕੀ ਵੇਖਿਆ ਵਾ ਤਵਾ ਬੋਲਿਆ ਬਹੁਤਿਆਂ ਨੇ ਸ਼ਰਮ ਨੀਵੀਂ ਪਾ ਲਈ ਕਈ ਜਿਹੜੇ ਗਿਆਲੇ ਦੇ ਪਿਓ ਤੇ ਮਾਘੀ ਨਾਲ ਖਾਰ ਖਾਂਦੇ ਸੀ ਉਹ ਮੁਸ਼ਕੜੀ ਹੱਸਦੇ। ਇੰਦਰ ਨੰਬਰਦਾਰ ਜਿਹਨੇ ਆਪਣੀ 60 ਵਰਿਆਂ ਦੀ ਉਮਰ ਚ ਇਉਂ ਨਹੀਂ ਸੀ ਕਦੇ ਵੇਖਿਆ ਸ਼ਰਮ ਤੇ ਗੁੱਸੇ ਨਾਲ ਮਾਰਿਆ ਪਾਣੀ ਪਾਣੀ ਹੋ ਗਿਆ ਜਾਂ ਤੀਵੀਂ ਇੰਜ ਗਾਲਾਂ ਕੱਢਦੀ ਉਦੋਂ ਜਰੀ ਨੇ ਗਾਂਹ ਹੋ ਕੇ ਬਜ਼ੁਰਗ ਦੀ ਚੌਧਰੀ ਦਾ ਦਾਬਾ ਪਾਉਂਦੇ ਲਲਕਾਰਾ ਮਾਰਿਆ ਚੁੱਪ ਕਰਦੀਆਂ ਕਿ ਨਹੀਂ ਭੂਤ ਨੀ ਨਾ ਹੋਵੇ ਕਿੱਥੋਂ ਮਸਤੀ ਹੈ
ਜਦੋਂ ਥੋੜਾ ਗਾਂ ਹੋਇਆ ਕਲਕਾਰੀ ਮਾਰ ਕੇ ਬਲੰਤੋਂ ਕੂਕੀ, ਬਾਬਾ ਵੇਖੀ ਐਵੇਂ ਆਪਦੀ ਪੱਗ ਨਾ ਲਾ ਲਈ ਕਿਤੇ, ਆਪਦੀ ਲੰਬੜਦਾਰੀ ਕੋਲ ਰੱਖ, ਜਦੋਂ ਇਹ ਮੇਰੇ ਨਾਲ ਤੇਰੀਆਂ ਕਰਦੇ ਸੀ, ਨਿੱਤ ਗਾਲਾਂ ਕੱਢਦੇ ਸੀ, ਉਦੋਂ ਵੱਡਾ ਪੰਚਾਇਤੀ ਕਿੱਥੇ ਗਿਆ ਸੀ, ਇਸੇ ਪਿੰਡ ਚ ਵੱਸਦੇ ਕੁੱਝੜਿਆ ਸੀ, ਖਬਰਦਾਰ ਜੇ ਮੂਹਰੇ ਆਇਆ ਘਰ ਹੱਥ ਚ ਘੋਟਣਾ ਮੇਰੇ। ਜਦ ਦੇਖਿਆ ਤਾਂ ਨੰਬਰਦਾਰ ਚੂਕਦਾ ਜਿਹਾ ਇੱਕ ਪਾਸੇ ਨੂੰ ਹੋ ਗਿਆ, ਮੁੜ ਕੇ ਸਾਰੇ ਗਿਆਲੇ ਨੂੰ ਪੈ ਗਏ, ਸਾਲਿਆ ਤੂੰ ਕੋਈ ਬੰਦਾ ਹੈ, ਆ ਬਾਂਦਰੀ ਜੀ ਐਵੇਂ ਸਿਰ ਚੜਾ ਕੇ ਰੱਖੀ ਹੈ, ਇਹੋ ਜਿਹੀਆਂ ਭੇਡਾਂ ਪਿੱਛੇ ਤੂੰ ਸਾਰੇ ਪਿੰਡ ਦੀ ਪੱਤ ਲਾਉਣਾ, ਤੈਨੂੰ ਸ਼ਰਮ ਨਹੀਂ ਆਉਂਦੀ, ਲੋਕ ਗਿਆਲੇ ਨੂੰ ਕਹਿ ਰਹੇ ਸੀ। ਤੇ ਪਲੋਂ ਅੰਦਰੋਂ ਲੋਕ ਬਲੰਤ ਨੂੰ ਛੱਡ ਕੇ ਗਿਆਲੇ ਦੇ ਗਲ ਪੈ ਗਏ, ਚੂਹੇ ਪਿੱਛੇ ਪਈਆਂ ਇੱਲਾਂ ਵਾਂਗ ਸਾਰਿਆਂ ਨੇ ਉਹਨੂੰ ਬੋਚ ਲਿਆ, ਸਾਲੇ ਬੰਦਿਆਂ ਦੇ, ਜੇ ਇਹਨਾਂ ਚ ਤਿੰਨ ਕਾਲੇ ਹੋਣ ਐ ਤੀਵੀਂ ਕਿਵੇਂ ਬੋਲ ਜੇ, ਇੱਕ ਪਿੱਛੋਂ ਕਿਆ ਰੱਖ, ਓਏ ਇਹ ਤਾਂ ਕੁੜੀਆਂ ਉੱਤੋਂ ਦੀ ਜੰਮਿਆ ਵੀ ਹੈ, ਤੀਵੀਆਂ ਨਾਲੋਂ ਵੀ ਨਿਕੰਮਾ ਹੈ, ਮੇਰੀ ਤੀਵੀਂ ਐਂ ਕਰਜੇ ਮੈਂ ਵੱਢ ਕੇ ਅੰਦਰ ਨਾ ਖਪਾ ਦਿਆਂ, ਤੀਵੀਂ ਕੀ ਬੋਝੇ ਓਏ, ਚਾਰ ਮਾਲ ਲਿੱਤਰ ਫੜ ਕੇ। ਇੱਕ ਹੋਰ ਆਇਆ ਪਿੱਛੋਂ, ਸਾਰਿਆਂ ਨੂੰ ਬੋਲਦਾ ਦੇਖ ਕੇ ਬਲੰਤੋਂ, ਕਹਿੰਦੀ ਜਾਣਦੀਆਂ ਮੈਂ ਤੁਹਾਨੂੰ, ਜਾਣਦੀਆਂ ਸਾਰਿਆਂ ਨੂੰ ਬਲੀਆਂ ਨੂੰ, ਨਾਲੇ ਜਾਣਦੀਆਂ ਤੁਹਾਡੀਆਂ ਤੀਵੀਆਂ ਨੂੰ, ਸ਼ਰਮ ਤਾਂ ਨਹੀਂ ਆਉਂਦੀ ਚੌਰਿਆਂ ਨੂੰ ਬੋਲਣ ਲੱਗਿਓ, ਤੁਹਾਡੇ ਨਿੱਤ ਇੱਥੇ ਪਿੰਡ ਦੀ ਮੈਂ ਨੂੰਹ ਹੈ, ਕਿਸੇ ਨੇ ਪਾਲ ਪਲੋਸ ਕੇ ਮੈਨੂੰ ਭੇਜਿਆ, ਨਿੱਤ ਮੇਰੀਆਂ ਵਾਲਾਂ ਨੂੰ, ਮੇਰੀਆਂ ਮੇਰੀ ਚੁੰਨੀ ਨੂੰ ਚੌਰੇ ਹੱਥ ਪਾਉਂਦੇ ਆ, ਗਾਲਾਂ ਕੱਢਦੇ ਆ, ਮੇਰੇ ਬਰਾਬਰ ਦੀ ਧੀ ਆ, ਤੁਹਾਡੇ ਚੋਂ ਕੋਈ ਵੀ ਨਹੀਂ ਬੋਲਿਆ। ਤੇ ਮੁੜ ਕੇ ਬਲੰਤੋ ਉਹ ਤੀਮ ਸੀ ਜਿਹਨੇ ਅੱਜ ਸਾਰਾ ਕੁਛ ਛੱਡਤਾ, ਤੇ ਮੋਢੇ ਤੇ ਹਲੇ ਵੀ ਉਹਦੇ ਨੂਣ ਘੋਟਣਾ ਸੀ, ਗਿਆਲੇ ਦੀ ਹਾਲਤ ਬੇਹੋਸ਼ੀ ਅਰਗੀ ਸੀ। ਅਖੀਰ ਕਈ ਸਿਆਣੇ ਲੰਮੇ ਸਿਆਣੇ ਲੰਮੀ ਸੋਚ ਕੇ ਬੰਦਿਆਂ ਨੇ ਮਾਘੀ ਤੇ ਪਿਓ ਉੱਥੋਂ ਮੁੱਲੋ ਜੋਰੀ ਧੱਕੇ ਲੈ ਗਏ, ਹਰੇਕ ਨੇ ਬਲੰਤੋ ਤੇ ਜਨਾਨੇ ਗਿਆਲੇ ਨੂੰ ਚਿੱਤ ਚ ਗਾਲਾਂ ਕੱਢੀਆਂ, ਤੇ ਹੌਲੀ ਹੌਲੀ ਕੱਠ ਵਿਛੜ ਗਿਆ, ਵਿਹੜੇ ਦਾ ਰੌਲਾ ਸਾਰੇ ਪਿੰਡ ਚ ਖਿਲਰ ਗਿਆ, ਪਰ ਬਲੰਤੋ ਉੱਥੇ ਹੀ ਕੰਧ ਨਾਲ ਖੜੀ ਘੋੜਨਾ ਲਈ ਖੜੀ ਸੀ ਹਲੇ। ਜਦ ਉਹਨੇ ਕੰਧ ਦੇ ਉੱਪਰ ਦੀ ਸਿਰ ਉਗੀਸ ਕੇ ਦੇਖਿਆ, ਫੱਟੀਆਂ ਨਾਲ ਬੰਨ ਕੇ ਬਾਂਹ ਮਾਘੀ ਦੀ ਬੰਨੀ ਹੋਈ ਸੀ, ਸਹੁਰਾ ਉੱਪਰ ਦੀ ਝਾਕਦਾ ਸੀ, ਪਰ ਅੱਜ ਸਹੁਰੇ ਦੀ ਨਿਗਾਹ ਹੋਰ ਸੀ, ਗਿਆਲਾ ਘਾਉ ਮਾਊ ਜਿਹਾ ਹੁੰਦਾ ਅੰਦਰ ਵੜ ਗਿਆ, ਉਹਨੂੰ ਪਤਾ ਨਹੀਂ ਕਿਹੜੀ ਗੱਲੋਂ ਅੰਦਰ ਵੜਦਿਆ ਸਾਰ ਉਹ ਹੱਸ ਪਿਆ, ਉਹਦੇ ਹਾਸੇ ਨੂੰ ਵੇਖ ਕੇ ਜਵਾਕ ਜਿਹੜੇ ਕੰਧਾਂ ਨਾਲ ਲੱਗੇ ਸੀ ਉਹ ਵੀ ਹੱਸਣ ਲੱਗ ਗਏ। ਤੇ ਫਿਰ ਉਸੇ ਪਲ ਉਹਨੂੰ ਬਾਹਰੋਂ ਕਿਸੇ ਖੜਕੇ ਦੀ ਆਵਾਜ਼ ਸੁਣੀ, ਜਦ ਉਹਨੇ ਜਾ ਕੇ ਦੇਖਿਆ ਨੂਣ ਘੋਟਣਾ ਜਿਹੜਾ ਭਗਾ ਕੇ ਕੰਧ ਨਾਲ ਬਲੰਤੋ ਨੇ ਮਾਰਿਆ, ਖਿਆ ਗਿਆਲਾ ਬਾਹਰ ਆਇਆ, ਬਲੰਤੋ ਨੇ ਗਿਆਲੇ ਦੀ ਬਾਂਹ ਫੜੀ, ਸਵਾਤ ਚ ਲਿਜਾ ਕੇ ਕਹਿੰਦੀ ਲੈ ਹੁਣ ਬੋਲ ਕੇ ਦਿਖਾਵੇ ਕੋਈ। ਤੇ ਹੁਣ ਕਰੀਰ ਦੀ ਜਿਹੜੀ ਢਿੰਗਰੀ ਸੀ ਬਹੁਤ ਜ਼ਿਆਦਾ ਸਖਤ ਹੋ ਚੁੱਕੀ ਸੀ। ਇਹ ਸੀ ਅੱਜ ਦਾ ਪ੍ਰੋਗਰਾਮ ਜੀ, ਕੱਲ੍ਹ ਨੂੰ 11 ਵਜੇ ਫੇਰ ਮੁੜਦਾ ਹੈ, ਰੱਬ ਰਾ